जिस दे विच जिहड़े पिछले दिन ही जिहड़ा ऑपरेशन सक्सेसफुली कंकलूड हुआ, जिहड़े NSA डेटनूज़ नूं फड़िया गया सीगा, उस ऑपरेशन नूं रिव्यू किया गया। जिहड़े अफसरां ने चंगा काम किया उन्हां नूं CM साहब वल्लों मोटीवेशन ते इनकरेजमेंट दित्ती गई, ते पंजाब पुलिस दी ओवरऑल अपग्रेडेशन, टेक्नोलॉजिकल अपग्रेडेशन ते फ्यूचर रोड मैप बारे डिस्कशनस हुए। तो CM साहब ने पंजाब पुलिस दे रोल नूं एप्रीशिएट किया कि विदाउट फायरिंग अ सिंगल बुलेट, विदाउट एनी डैमेज टू एनी लाइफ और प्रॉपर्टी, पंजाब दे विच हारमनी ते पीस नूं मेनटेन रखा गया, ते पंजाब पुलिस कमिटेड हैगी पंजाब दे विच हार्ड एंड पीस ते हारमनी नूं मेनटेन रखन लई। ते मैं लोकां नूं भी अश्योर करदा हाँ कि तुसी बिल्कुल पीसफुली यू गो अबाउट योर वर्क, सिचुएशन इज़ एब्सोल्युटली नॉर्मल इन दिस स्टेट, वी आर कमिटेड टू मेनटेन लॉ एंड ऑर्डर। और सारों से मैं ये अपील करूँगा कि लोगों को कंस्ट्रक्टिव चीज़ों की तरफ, यूथ आइकन्स की तरफ मोटिवेट किया जाए, जो हमारा यूथ है उसे प्रॉपर फोकस्ड एक स्किल डेवलपमेंट की तरफ, अपग्रेडेशन ऑफ वेरियस लाइफ स्किल्स एंड एम्प्लॉयमेंट अपॉर्चुनिटीज़। द स्टेट इज़ पॉइस्ड फॉर अ बिग लीप इन डेवलपमेंट, सो देयरफॉर लॉ एंड ऑर्डर हैज़ टू बी मेंटेन्ड एंड विल बी मेंटेन्ड एट ऑल कॉस्ट। देखो जी, मैं कोई स्पष्टीकरण नहीं है, उन्होंने गिरफ्तार किया गया, दिस इज़ वेरी क्लीयर। सो इस दे विच कोई रीविजिट करन दी गल नहीं है, असी जिहड़े रेड कीते, प्रेशर बनाया, उहदे करके ਉਹ ਸਰਫੇਸ ਹੋਇਆ ਤੇ ਗ੍ਰਿਫਤਾਰ ਕੀਤਾ ਗਿਆ। ਸਰ ਰਾਜੀਤ ਸਿੰਘ ਹਾਲੇ ਤੱਕ ਰਾਜੀਤ ਸਿੰਘ ਗ੍ਰਿਫਤਾਰ ਨਹੀਂ ਹੋਏ ਨੇ, ਉਹਨਾਂ ਦੀ ਗ੍ਰਿਫਤਾਰੀ ਉੱਤੇ ਕੀ ਅਪਡੇਟ ਹੈਗਾ ਕਿ ਰਾਜੀਤ ਸਿੰਘ ਨੂੰ ਕਦੋਂ ਤੱਕ ਗ੍ਰਿਫਤਾਰ ਕਰ ਲਿਆ ਜਾਏਗਾ? ਲਾਅ ਵਿਲ ਟੇਕ ਇਟਸ ਕੋਰਸ, ਹੂਐਵਰ ਇਜ਼ ਵਾਂਟਡ ਬਾਈ ਦ ਪੁਲਿਸ ਵਿਲ ਬੀ ਅਰੈਸਟਡ ਇਨ ਡਿਊ ਕੋਰਸ ਆਫ ਲਾਅ। ਜਿਆਦਾ ਵਿੱਚ ਬੇਅਦਬੀਆਂ ਹੋ ਰਹੀਆਂ ਸੁਣ ਲੈ ਕੇ ਕਿ ਕੱਲ ਵੀ ਜਿਵੇਂ ਮਰਿੰਡੇ ਦੇ ਵਿੱਚ ਬੇਅਦਬੀ ਹੋਈ, ਲੋਕਾਂ 'ਚ ਬੜਾ ਭਾਰੀ ਵਿਰੋਧ ਪਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ ਲੋਕਾਂ ਨੂੰ ਸੈਟੀਸਫਾਈ ਕਰਨ ਦੇ ਲਈ ਕੀ? ਦੇਖੋ ਪਹਿਲੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਿਆਂ ਦੀ ਜਿਹੜੀ ਬੇਅਦਬੀ ਹੋਈ ਹੈ, ਇਟ ਇਜ਼ ਵੈਰੀ ਅਨਫੋਰਚੁਨੇਟ, ਜਿਸ ਨੇ ਕੀਤੀ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ, ਤੇ ਇਸ ਦੀ ਪੂਰੀ ਅਸੀਂ ਤਹਿ ਤੱਕ ਕੌਨਸਪਰੇਸੀ, ਜੇ ਕੋਈ ਕੌਨਸਪਰੇਸੀ ਹੈ ਉਸ ਨੂੰ ਐਕਸਪੋਜ਼ ਕਰਾਂਗੇ, ਇਹਨੂੰ ਡੀਪਲੀ ਇਨਵੈਸਟੀਗੇਟ ਕਰਾਂਗੇ। ਐਟ ਦਾ ਸੇਮ ਟਾਈਮ ਅਸੀਂ ਸਾਰੇ ਜਿਹੜੇ ਰਿਲੀਜੀਅਸ ਅਦਾਰੇ ਹੈਗੇ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਅਸੀਂ ਪਿੱਛੇ ਬਹੁਤ ਹੀ ਜੰਗੀ ਪੱਧਰ ਤੇ CCTV ਲਵਾਏ ਸੀਗੇ, ਸੋ ਕੁਝ ਡੂਜ਼ ਐਂਡ ਡੋਨਟਸ ਜਿਹੜੇ ਵੀ ਰਿਲੀਜੀਅਸ ਪਲੇਸਿਸ ਦੇ ਮੈਨੇਜਮੈਂਟ ਹੈਗੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਇਹ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਹੈ ਕਿ ਜਿਹੜੀ ਸਾਡੀ ਰਿਲੀਜੀਅਸ ਪਲੇਸਿਸ ਹੈ ਉਹਨਾਂ ਨੂੰ ਸੇਫ ਤੇ ਸਿਕਿਉਰ ਰੱਖਿਆ ਜਾਵੇ। ਸਰ ਸੂਤਰਾਂ ਦੇ ਵੱਲ ਤੋਂ ਖਬਰ ਆ ਰਹੀ ਹੈ ਅੰਮ੍ਰਿਤਪਾਲ ਦੇ ਪਰਿਵਾਰ ਵੱਲੋਂ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਨ ਲਈ ਸਮੇਂ ਮੰਗਿਆ ਗਿਆ ਜੀ। ਸੋ ਨੋ ਕਮੈਂਟਸ। ਦੇਖੋ ਜੀ, ਮੈਂ ਕੋਈ ਇਹਦਾ, ਆਈ ਐਮ ਨਾਟ ਅ ਰਿਪੋਜ਼ਿਟਰੀ ਆਫ ਆਲ ਨੌਲੇਜ ਐਂਡ ਆਲ ਇਨਫੋਰਮੇਸ਼ਨ, ਸੋ ਮੈਂ ਸਿਰਫ CM ਸਾਹਿਬ ਨੇ ਅੱਜ ਪੰਜਾਬ ਪੁਲਿਸ ਨੂੰ ਇਨਕਰੇਜ ਕੀਤਾ, ਪੰਜਾਬ ਪੁਲਿਸ ਵੱਲੋਂ ਜਿਹੜਾ ਵਧੀਆ ਆਪਰੇਸ਼ਨ ਕੀਤਾ ਉਸ ਨੂੰ ਐਪਰੀਸ਼ੀਏਟ ਕੀਤਾ ਗਿਆ, ਤੇ ਪੰਜਾਬ ਪੁਲਿਸ ਦੀ ਓਵਰਆਲ ਟੈਕਨੋਲੋਜੀਕਲ ਅਪਗ੍ਰੇਡੇਸ਼ਨ, ਫਿਊਚਰ ਰੋਡ ਮੈਪ ਬਾਰੇ ਡਿਸਕਸ਼ਨ ਹੋਈ, ਪ੍ਰੋਜੈਕਟਸ ਡਿਸਕਸ ਕੀਤੇ ਗਏ, ਐਂਡ ਅਵਰ ਕਮਿਟਮੈਂਟ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਦੀ ਸਟੇਟ ਇਜ਼ ਰੀਇਟਰੇਟਿਡ। ਪੰਜਾਬ ਪੁਲਿਸ ਵਿਲ ਨਾਟ ਲੈਟ ਐਨੀ ਡਿਸਰਪਟਿਵ ਫੋਰਸਿਸ, ਜਿਹੜੀ ਹੈ ISI ਦੇ ਜਿਹੜੇ ਮਨਸੂਬੇ ਹੈਗੇ ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਾਂਗੇ। ਥੈਂਕ ਯੂ। ਰਿਵਿਊ ਮੀਟਿੰਗ ਕੀਤੀ ਜਿਸ ਦੇ ਵਿੱਚ ਜਿਹੜੇ ਪਿਛਲੇ ਦਿਨ ਹੀ ਜਿਹੜਾ ਆਪਰੇਸ਼ਨ ਸਕਸੈਸਫੁਲੀ ਕੰਕਲੂਡ ਹੋਇਆ, ਜਿਹੜੇ NSA ਡੈਟਨੂਜ਼ ਨੂੰ ਫੜਿਆ ਗਿਆ ਸੀਗਾ, ਉਸ ਆਪਰੇਸ਼ਨ ਨੂੰ ਰਿਵਿਊ ਕੀਤਾ ਗਿਆ। ਜਿਹੜੇ ਅਫਸਰਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ CM ਸਾਹਿਬ ਵੱਲੋਂ ਮੋਟੀਵੇਸ਼ਨ ਤੇ ਇਨਕਰੇਜਮੈਂਟ ਦਿੱਤੀ ਗਈ, ਤੇ ਪੰਜਾਬ ਪੁਲਿਸ ਦੀ ਓਵਰਆਲ ਅਪਗ੍ਰੇਡੇਸ਼ਨ, ਟੈਕਨੋਲੋਜੀਕਲ ਅਪਗ੍ਰੇਡੇਸ਼ਨ ਤੇ ਫਿਊਚਰ ਰੋਡ ਮੈਪ ਬਾਰੇ ਡਿਸਕਸ਼ਨਸ ਹੋਏ। ਸੋ CM ਸਾਹਿਬ ਨੇ ਪੰਜਾਬ ਪੁਲਿਸ ਦੇ ਰੋਲ ਨੂੰ ਐਪਰੀਸ਼ੀਏਟ ਕੀਤਾ ਕਿ ਵਿਦਾਊਟ ਫਾਇਰਿੰਗ ਅ ਸਿੰਗਲ ਬੁਲੇਟ, ਵਿਦਾਊਟ ਐਨੀ ਡੈਮੇਜ ਟੂ ਐਨੀ ਲਾਈਫ ਔਰ ਪ੍ਰੋਪਰਟੀ, ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਨੂੰ ਮੇਨਟੇਨ ਰੱਖਿਆ ਗਿਆ, ਤੇ ਪੰਜਾਬ ਪੁਲਿਸ ਕਮਿਟਡ ਹੈਗੀ ਪੰਜਾਬ ਦੇ ਵਿੱਚ ਹਾਰਡ ਐਂਡ ਪੀਸ ਤੇ ਹਾਰਮਨੀ ਨੂੰ ਮੇਨਟੇਨ ਰੱਖਣ ਲਈ। ਤੇ ਮੈਂ ਲੋਕਾਂ ਨੂੰ ਵੀ ਅਸ਼ੋਰ ਕਰਦਾ ਹਾਂ ਕਿ ਤੁਸੀਂ ਬਿਲਕੁਲ ਪੀਸਫੁਲੀ ਯੂ ਗੋ ਅਬਾਊਟ ਯੋਰ ਵਰਕ, ਸਿਚੁਏਸ਼ਨ ਇਜ਼ ਐਬਸੋਲੂਟਲੀ ਨੋਰਮਲ ਇਨ ਦੀ ਸਟੇਟ, ਵੀ ਆਰ ਕਮਿਟਡ ਟੂ ਮੇਨਟੇਨ ਲਾਅ ਐਂਡ ਆਰਡਰ। ਔਰ ਸਾਰੋਂ ਸੇ ਮੈਂ ਇਹ ਅਪੀਲ ਕਰੂੰਗਾ ਕਿ ਲੋਗੋਂ ਕੋ ਕੰਸਟਰਕਟਿਵ ਚੀਜ਼ੋਂ ਕੀ ਤਰਫ, ਯੂਥ ਆਈਕਨਸ ਕੀ ਤਰਫ ਮੋਟੀਵੇਟ ਕੀਆ ਜਾਏ, ਜੋ ਹਮਾਰਾ ਯੂਥ ਹੈ ਉਸੇ ਪ੍ਰੋਪਰ ਫੋਕਸਡ ਇੱਕ ਸਕਿੱਲ ਡਿਵਲਪਮੈਂਟ ਕੀ ਤਰਫ, ਅਪਗ੍ਰੇਡੇਸ਼ਨ ਆਫ ਵੇਰੀਅਸ ਲਾਈਫ ਸਕਿੱਲਸ ਐਂਡ ਐਮਪਲੋਇਮੈਂਟ ਅਪਰਚੁਨਿਟੀਜ਼। ਦ ਸਟੇਟ ਇਜ਼ ਪੋਇਸਡ ਫੋਰ ਅ ਬਿਗ ਲੀਪ ਇਨ ਡਿਵਲਪਮੈਂਟ, ਸੋ ਦੇਅਰਫੋਰ ਲਾਅ ਐਂਡ ਆਰਡਰ ਹੈਜ਼ ਟੂ ਬੀ ਮੇਨਟੇਨਡ ਐਂਡ ਵਿਲ ਬੀ ਮੇਨਟੇਨਡ ਐਟ ਆਲ ਕੋਸਟ। ਬੀਜੇਪੀ ਸਰ ਅੱਗੇ ਦੇ ਰੋਡ ਮੈਪ ਬਾਰੇ ਕੀ ਗੱਲ ਕਹੀ ਗਈ ਹੈ ਕਿ ਅੱਗੇ ਦਾ ਰੋਡ ਮੈਪ ਕੀ ਹੋਣਾ ਚਾਹੀਦਾ ਹੈ?